ਹਾਂਜੀ, ਮੈਂ ਉਹ ਗੁਰਜੰਟ ਵਿਗਿਆਨੀ ਬਾਰੇ ਗੱਲ ਕਰਨੀ ਸੀਗੀ ਜੀ। ਉਹਦੀਆਂ ਗੱਲਾਂ ਤਾਂ ਜੀ ਬਹੁਤ ਡੂੰਘੀਆਂ ਹੁੰਦੀਆਂ, ਕੋਈ ਨੀ ਕਰ ਲਓ ਹਾਂਜੀ। ਮੈਂ ਕਿਹਾ ਸਰਚ ਕਰਨ ਲੱਗਿਆ ਹੁਣ ਤੇ ਥੋੜੀ ਜਿਹੀ ਹੋਰ ਕਰ ਲੇ। ਹਾਂਜੀ, ਉਹ ਕਹਿੰਦਾ ਮਤਲਬ ਜਿਹੜੇ ਪਾਣੀ ਚ ਗੁਰਬਾਣੀ ਵੜ ਜਾਂਦੀ ਹੈ ਤਾਂ ਮਤਲਬ ਗੁਰਬਾਣੀ ਨੂੰ ਗਿਆਨ ਹੋਣਾ ਭਾਸ਼ਾ ਦਾ। ਤੇ ਮੈਂ ਉਹੀ ਪੁੱਛਣਾ ਜੀ ਉਹਨੂੰ, ਮੈਂ ਇੱਕ ਤਾਂ ਇਹ ਸਵਾਲ ਸੀ ਮੇਰਾ ਕਿ ਪਾਣੀ ਮੂਲ ਰੂਪ ਵਿੱਚ ਧਰਤੀ ਤੇ ਕਿੰਨੇ ਪ੍ਰਕਾਰ ਦਾ ਹੈ। ਦੂਜਾ ਸਵਾਲ ਮੇਰਾ ਇਹ ਸੀ ਕਿ ਜਿਹੜਾ ਪਾਣੀ ਹੈ ਉਹਨੂੰ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਹੈ। ਤੁਸੀਂ ਜੰਟੇ ਨੂੰ ਕਮਲਾ ਕਰ ਦੇਣਾ ਮੇਲਾ। ਤੀਜਾ ਸਵਾਲ ਮੇਰਾ ਇਹ ਸੀਗਾ ਜੀ ਵੀ ਜਿਹੜਾ ਪਾਣੀ ਹੈ ਉਹਨੂੰ ਗੁਰਮੁਖੀ ਦਾ ਗਿਆਨ ਕਿਹੜੇ ਸੰਨ ਵਿੱਚ ਹੋਇਆ। ਤੇ ਚੌਥਾ ਸਵਾਲ ਮੇਰਾ ਇਹ ਹੈ ਜੀ ਵੀ ਪਾਣੀ ਨੂੰ ਮਤਲਬ ਨੈਗੇਟਿਵ ਪੋਜ਼ਿਟਿਵ ਦਾ ਕਿਵੇਂ ਪਤਾ ਲੱਗਦਾ ਵੀ ਇਹ ਸ਼ਬਦ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ। ਕਿਉਂਕਿ ਜੇ ਹੁਣ ਬਾਣੀ ਸਮਾ ਜੇ ਬਾਣੀ ਸਮਾ ਸਕਦੀ ਹੈ ਫਿਰ ਤਾਂ ਚਮਕੀਲੇ ਦੇ ਗਾਣੇ ਵੀ ਸਮਾ ਜਾਊਗੇ। ਹਾਂਜੀ ਹਾਂਜੀ। ਤੇ ਬਾਕੀ ਜਿਹੜੀ ਇਹ ਗੱਲ ਲੱਚਰਦਾ ਦਾ ਰੌਲਾ ਪਾਉਂਦਾ ਜੀ ਇਹ ਫੇਸਬੁੱਕ ਤੇ, ਇਹਨੂੰ ਇਹ ਪੁੱਛਣਾ ਹੋਵੇ ਕੋਈ ਵੀ ਤਾਂ ਸਾਰਿਆਂ ਦਾ ਠੇਕਾ ਲਿਆ ਤੇ ਜਿਹੜਾ ਮਰਜ਼ੀ ਕੋਈ ਕੁਛ ਮਰਜ਼ੀ ਸੁਣੇ ਤਾਂ ਕੀ ਲੈਣਾ ਕਿਸੇ, ਤੂੰ ਆਪਦੀ ਮਾਂ ਨੂੰ ਹਟਾ ਲਾ, ਆਪਦੀ ਭੈਣ ਨੂੰ ਹਟਾ ਲਾ ਸੁਣ ਲਓ। ਨਹੀਂ ਨਹੀਂ, ਅਸਲ ਚ ਪੰਗਾ ਪਤਾ ਵੀਰਾ ਕੀ ਆ, ਉਹ ਚਾਹੁੰਦੇ ਮਸ਼ਹੂਰ ਹੋਣਾ। ਹਾਂਜੀ, ਮੈਂ ਆਹ ਵੀ ਗੱਲ ਕਰਨੀ ਸੀ, ਚੰਗਾ ਹੋਇਆ ਤੁਸੀਂ ਗੱਲ ਤੋੜ ਦਿੱਤੀ ਆ। ਆ ਜਿਹੜੇ ਨਾ ਜਿਹੜਾ ਮਸਲਾ ਇਹਨੇ ਹੁਣ ਰੇਡੀਓ ਦੇ ਵਿਰੁੱਧ ਪਟੀਸ਼ਨ ਪਾ ਕੇ ਸ਼ੁਰੂ ਕੀਤਾ, ਹਾਂਜੀ, ਪਤਾ ਨੀ ਇਹਨਾਂ ਦੀ ਅਕਲ ਕਿੱਥੇ ਗਈ ਹੋ ਆ ਭਾਈ। ਜੇ ਇਹਨਾਂ ਨੇ ਮੂਰਖਾਂ ਨੇ ਇਦਾਂ ਦਾ ਕੰਮ ਕਰਾਉਣਾ ਆ ਤੇ ਜੰਟੇ ਨੂੰ ਮੋਹਰੇ ਕਿਉਂ ਕੀਤਾ। ਹਾਂਜੀ, ਉਹਨੂੰ ਪੁੱਛੇ ਭਾਈ ਤੂੰ ਸਹੁੰ ਖਾ ਕੇ ਦੱਸ, ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਬਹਿ ਕੇ ਜੰਟਾ ਜੇ ਸੁਣਦਾ ਹੋਵੇ ਤੇ ਉਹਨੂੰ ਬੇਨਤੀ ਆ ਮੇਰੀ ਵੀ ਗੁਰਦੁਆਰੇ ਚੱਲ ਜਾਈਂ, ਗੁਰੂ ਗ੍ਰੰਥ ਸਾਹਿਬ ਦੇ ਖੜ ਕੇ ਆਪਣੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਸਹੁੰ ਖਾ ਕੇ ਸੱਚ ਬੋਲੀ ਭਾਈ ਤੈਨੂੰ ਲੱਗਦਾ ਵੀ ਸਹਿਣ ਕਰਨੇ ਨੇ ਇੱਦਾਂ ਬੰਦ ਹੋ ਜਾਊਗਾ। ਨਾਲੇ ਇੱਕ ਗੱਲ ਹੋਰ ਹੈ ਜੀ, ਉਹਨੂੰ 2.5 ਲੱਖ ਫੋਲੋ ਕਰਦੇ ਆ ਫੇਸਬੁੱਕ ਤੇ, ਉਹ ਵਿਚਾਰਾ ਦੇ 25,000 ਸਾਈਨ ਨਹੀਂ ਹੋਇਆ। ਨਹੀਂ ਤੁਹਾਨੂੰ ਚਾਰ ਦਿਨ ਰੌਲਾ ਪਾ ਕੇ ਤੂੰ ਸਾਨੂੰ ਕਹਿ ਦਿੰਦਾ ਅਸੀਂ ਤੇਰੇ 50-60,000 ਸਾਈਨ ਤਾਂ ਅਸੀਂ ਕਰਵਾ ਦੇਣੇ ਸੀ, ਬਿਲਾ ਫਟ ਤੂੰ ਕਰ ਲੈ ਪਟੀਸ਼ਨ ਜਿਹੜੀ ਕਰਨੀ ਆ। ਹਾਂ, ਤੁਸੀਂ ਗਲ ਘੁੱਟਣ ਚਾਹੁੰਦੇ ਹੋ ਸੱਚ ਦਾ ਗਲ ਘੁੱਟਣ ਤੇ ਲੱਕ ਬੰਨਿਆ ਤੁਸੀਂ ਨੇ। ਨਹੀਂ ਨਹੀਂ, ਇਹ ਝੁੱਡੂ ਨੂੰ ਇਹ ਨੀ ਪਤਾ ਵੀ ਜੇ ਇੱਦਾਂ ਹੋ ਸਕਦਾ ਹੁੰਦਾ ਤੇ ਇੰਡੀਆ ਦੇ ਵਿੱਚ ਅਗਲਿਆਂ ਨੇ ਸਾਈਨ ਕਰਾ ਕੇ ਦਮਦਮੀ ਟਕਸਾਲ ਕਦੀ ਬੰਦ ਕਰਾ ਦੇਣੀ ਸੀ। ਹਾਂਜੀ, ਹੁਣ ਕੋਲੋਂ ਦਾ ਮੱਕੂ ਠੱਪਿਆ ਹੁੰਦਾ ਨਾ, ਸਿੱਖਾਂ ਦੇ ਬਰਾਬਰ ਜਿੰਨੀ ਹਿੰਦੂਆਂ ਦੀ ਗਿਣਤੀ ਆ, ਉਹਨੇ ਉੱਥੋਂ ਸਾਈਨ ਕਰਾ ਕੇ ਪਟੀਸ਼ਨਾਂ ਪਾ ਕੇ ਸਾਰਾ ਕੁਛ ਮਲੀਆ ਮੇਟ ਕਰ ਦੇਣਾ ਸੀ ਵੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਕੁਛ ਲਿਖਿਆ ਹੈ ਜੀ, ਇਹਨਾਂ ਦੇ ਗੁਰਦੁਆਰਿਆਂ ਰਾਹੀਂ ਆਹ ਪ੍ਰਚਾਰ ਹੁੰਦਾ ਆ, 295 ਇਹ ਧਾਰਾ ਲਾ ਕੇ ਇਕੱਲੇ ਇਕੱਲੇ ਬੰਦੇ ਦੇ ਠੋਕਣ ਲੱਗੇ, ਉਹ ਤਾਂ ਸਾਈਨ ਕਰਾ ਕੇ ਇੱਕੋ ਵਾਰੀ ਕੰਮ ਕਰਾ ਦਿੰਦੇ। ਬਾਕੀ ਦੂਜੀ ਗੱਲ ਇਹ ਹੈ ਜੀ ਵੀ ਇਹ ਲੱਚਰਦਾ ਦਾ ਰੌਲਾ ਪਾਉਂਦਾ ਤੇ ਇਹ ਆਪਣੀ ਮਾਵਾਂ ਭੈਣਾਂ ਨੂੰ ਘਰੇ ਬਹਿ ਕੇ ਆਪਦਾ ਤ੍ਰਿਆ ਚਰਿੱਤਰ ਪੜ ਕੇ ਸੁਣਾਵੇ ਨਾ ਜੀ। ਇੰਨਾ ਗੰਦ ਤਾਂ ਯਾਰ ਦੁਨੀਆਂ ਦੇ ਕਿਸੇ ਗੰਦੇ ਤੋਂ ਗੰਦੇ ਗਾਣੇ ਚ, ਗੰਦੀ ਤੋਂ ਗੰਦੀ ਫਿਲਮ ਚ ਨਹੀਂ ਹੋਣਾ ਜਿੰਨਾ ਤ੍ਰਿਆ ਚਰਿੱਤਰ ਵਿੱਚ ਆ। ਪਟੀਸ਼ਨ ਪਾਉਣੀ ਆ, ਮਾਰਤਾ ਕਹਿੰਦੇ ਗੰਦੇ ਗਾਣੇ ਗਾਉਂਦਾ, ਭੜਕੇ ਨੂੰ ਪਟੀਸ਼ਨ ਪਾਉਣੀ ਆ। ਜੇ ਇਹਨੂੰ ਮੂਰਖ ਨੂੰ ਇਹ ਨੀ ਪਤਾ ਭੜਕੇ ਨੂੰ ਕਿਸੇ ਨੇ 10-15 ਚਰਿੱਤਰ ਜਿਹੜੇ ਗੰਦੇ ਗੰਦੇ ਆ ਉਹਦੀ ਟਰਾਂਸਲੇਸ਼ਨ ਕਰਕੇ ਜੇ ਵਰਲਡ ਵਾਈਡ ਉਹ ਫਲਾ ਦਿੱਤੀ ਵੀ ਇਹਦੇ ਵਿਰੁੱਧ ਸਾਈਨ ਕਰੋ, ਇਹ ਗੰਦ ਨੂੰ ਸਿੱਖ ਜਿਹੜਾ ਧਰਮ ਆ ਉਹਦੇ ਗੁਰਦੁਆਰਿਆਂ ਦੇ ਅੰਦਰ ਪ੍ਰਚਾਰਿਆ ਜਾ ਰਿਹਾ, ਬੈਨ ਹੋਣਾ ਚਾਹੀਦਾ ਇਹ। ਹਾਂਜੀ, ਉਹ ਤਾਂ ਫਿਰ ਪੱਕਾ ਹੀ ਬੈਨ ਹੋ ਜੂ ਜੀ, ਮੁੜ ਕੇ ਉਹਨਾਂ ਨੂੰ ਬੋਲਿਆ ਵੀ ਨਹੀਂ ਜਾਣਾ ਜੀ। ਨਹੀਂ, ਇਹਨੇ ਰਾਹ ਖੋਲ ਦੇਣੇ ਆ ਬਹੁ ਗਿਣਤੀ ਦੇ ਲਈ ਵੀ ਤੁਹਾਡੇ ਖਿਲਾਫ਼ ਕੀ ਹੋਣਾ ਹੈ। ਹਾਂਜੀ ਠੀਕ ਹੈ, ਨਹੀਂ ਕੋਈ ਨੀ। ਦੂਜੀ ਗੱਲ ਇਹ ਕਰਦੇ ਆ, ਇਹ ਗੱਲ ਤੇ ਗੁੰਡਾ ਕਰਦੀ, ਇੱਥੇ ਵੀ ਮਤਲਬ ਜਿਹੜੇ ਹੁਣ ਇੱਥੇ ਲੱਖੇ ਸਿਧਾਣੇ ਦਾ ਬਹੁਤ ਚੱਲ ਰਿਹਾ ਕੰਮ। ਹਾਂਜੀ, ਤੇ ਉਹ ਵੀ ਮਤਲਬ ਪਹਿਲਾਂ ਤਾਂ ਉਹ ਫੁੱਲ ਨਾ ਗੁੰਡਾਗਰਦੀ ਕੀਤੀ ਹੈ, ਹੁਣ ਆਪਣੇ ਵੋਟਾਂ ਵੇਲੇ ਵੀ ਬੂਥ ਕੈਪਚਰਿੰਗ ਵੀ ਕਰਦਾ ਰਿਹਾ ਉਹ। ਹਾਂਜੀ, ਹੁਣ ਜਦੋਂ ਜਮਾ ਜਾਨ ਤੇ ਬਣ ਗਈ, ਐ ਲੱਗਿਆ ਵੀ ਹੁਣ ਮੇਰੀ ਜਾਨ ਨੀ ਬਚਣੀ, ਉਦੋਂ ਲੋਕਾਂ ਦੀ ਸੇਵਾ ਨੀ ਹੋ ਗਿਆ ਮਸ਼ਹੂਰੀ ਲੈਣ ਵਾਸਤੇ। ਇੱਥੇ ਆਪਣੇ ਇੱਕ ਪ੍ਰੋਡਿਊਸਰ XX ਹੈ ਸਾਡੇ ਕੋਲੇ ਪਿੰਡ ਆ ਕੋਟ ਦੁਨਾ, ਉਹ ਬਣਾਉਂਦੇ ਨੇ ਵੀਡੀਓ ਆਉਂਦੀਆਂ। ਹਾਂਜੀ, ਤੇ ਉਹਨਾਂ ਨੂੰ ਮਤਲਬ ਉਹਨਾਂ ਦੇ ਪਿੰਡ ਆ ਕੇ ਕਤਲ ਕਰਨ ਦੀ ਧਮਕੀ ਦੇ ਕੇ ਗਿਆ, ਕਹਿੰਦਾ ਤੁਸੀਂ ਹੈਗੇ ਸਰਸੇ ਵਾਲੇ, ਤੁਹਾਡਾ ਪਤਾ ਨੀ ਕੀ ਬਣੂਗਾ, ਕਹਿੰਦਾ ਮੈਂ ਇੱਥੇ ਤਾਂ ਚਮਕੀਲਾ ਨੀ ਰਿਹਾ, ਇਹ ਹਰੇਕ ਥਾਵੇਂ ਗੁੰਡਾਗਰਦੀ ਕਰਦੇ ਰਹੀ। ਨਹੀਂ ਨਹੀਂ, ਉਹ ਤਾਂ ਜਿੱਥੇ ਇਹ ਤਾਂ ਹੱਕ ਸਮਝਦੇ ਵੀਰਾ ਧਮਕੀ ਦੇਣ ਨੂੰ, ਤਾਂ ਇਹਨਾਂ ਮੂਰਖਾਂ ਨੂੰ ਇਹ ਨੀ ਪਤਾ ਵੀ ਜਿਹੜੀ ਧਮਕੀ ਨੂੰ ਤੁਸੀਂ ਪੁਗਾ ਨਹੀਂ ਸਕਦੇ ਨਾ ਜ਼ਿੰਦਗੀ ਵਿੱਚ,
ਜੇ ਉਹ ਧਮਕੀ ਦੇ ਦਿੰਦੇ ਆ ਤਾਂ ਤੁਸੀਂ ਅਗਲੇ ਨੂੰ ਦੁੱਗਣੀ ਹਿੰਮਤ ਦਿੰਦੇ ਆ। ਬਹੁ ਗਿਣਤੀ ਵਿੱਚ ਉਹ ਮਾਪੇ ਆਪਣੇ ਬੱਚਿਆਂ ਨੂੰ ਵਿਗਾੜ ਲੈਂਦੇ ਆ ਜਿਹੜੇ ਉਹ ਧਮਕੀਆਂ ਦਿੰਦੇ ਆ ਬੱਚਿਆਂ ਨੂੰ ਜਿਹੜੀਆਂ ਉਹਨੂੰ ਪਗਾਉਣੀਆਂ ਨਹੀਂ ਹੁੰਦੀਆਂ। ਛੋਟੀਆਂ ਛੋਟੀਆਂ ਗੱਲਾਂ ਚ ਬੱਚਿਆਂ ਨੂੰ ਧਮਕੀਆਂ ਦੇ ਦੇ ਕੇ ਬੱਚੇ ਦੇ ਦਿਮਾਗ ਦੇ ਵਿੱਚ ਮੈਸੇਜ ਪਾ ਦਿੰਦੇ ਆ ਵੀ ਮੇਰੀ ਕਹੀ ਹੋਈ ਗੱਲ ਦੇ ਕੋਈ ਅਰਥ ਨਹੀਂ ਹੈਗੇ। ਦੋ ਚਾਰ ਛੇ ਮਹੀਨੇ ਜਦੋਂ ਬੱਚਾ ਉਹ ਬੇਲੋੜੀਆਂ ਧਮਕੀਆਂ ਸੁਣਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਕੰਮ ਆ ਬੋਲਣ ਦਾ, ਕਰਨ ਜੋਗੇ ਕੁਛ ਨਹੀਂ ਹੈਗੇ। ਹਾਂਜੀ, ਧਮਕੀ ਨਹੀਂ ਦੇਣੀ ਚਾਹੀਦੀ ਕਿਸੇ ਨੂੰ ਵੀ ਜਿੰਨਾ ਚਿਰ ਤੁਹਾਡੇ ਕੋਲ ਧਮਕੀ ਨੂੰ ਪਗਾਉਣ ਦੀ ਪਲਾਨ ਨਹੀਂ ਹੈਗੀ। ਨਹੀਂ ਬਾਕੀ ਜੀ, ਇਸ ਨੂੰ ਗਲਤ ਲੱਗਦਾ, ਕੋਈ ਗਲਤ ਕਰ ਰਿਹਾ, ਤੁਸੀਂ ਕਾਨੂੰਨੀ ਰੂਪ ਨਾਲ ਲੜ ਲਓ ਜੀ ਉਹਦੇ ਨਾਲ। ਨਾਲੇ ਉਹ ਵੀ ਵੀਰਾ, ਉਹ ਵੀ ਤੁਸੀਂ એનર્ਜੀ ਜਿਹੜੀ ਨਾ ਗਲਤ ਨੂੰ ਦੇਖੋ, ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਜਾਣ ਤੋਂ ਬਾਅਦ ਬਹੁਤ ਕੁਛ ਗਲਤ ਹੋ ਰਿਹਾ ਸੀ ਜੀ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਬਰਾਬਰ ਬਹੁਤ ਕੁਛ ਗਲਤ ਕਰ ਰਿਹਾ ਸੀ ਜੀ। ਕਿਤੇ ਵੀ ਦੇਖੋ, ਇੱਕ ਗੱਲ ਧਿਆਨ ਨਾਲ ਦੇਖਿਓ ਕਿ ਪੰਜਵੇਂ ਪਾਤਸ਼ਾਹ ਦੇ ਉੱਤੇ ਜ਼ਿੰਮੇਵਾਰੀ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ, ਅੰਮ੍ਰਿਤਸਰ ਨੂੰ ਦਰਬਾਰ ਸਾਹਿਬ ਨੂੰ ਵਸਾਉਣ ਦੀ ਤੇ ਸਰਕਾਰ ਨਾਲ ਟੱਕਰ ਲੈਣ ਦੀ। ਪਰ ਉਹ ਤੋਂ ਬਾਅਦ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਹਥਿਆਰ ਚੱਕਦੇ ਆ, ਉਹ ਲੜਾਈਆਂ ਵੀ ਲੜਦੇ ਆ, ਉਸ ਵੇਲੇ ਤਾਂ ਅੰਮ੍ਰਿਤਸਰ ਬਸ ਚੁੱਕਾ, ਦਰਬਾਰ ਸਾਹਿਬ ਬਣ ਚੁੱਕਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਪਾਦਨਾ ਹੋ ਚੁੱਕੀ ਆ। ਹਾਂਜੀ, ਪਰ ਕੀ ਕਿਸੇ ਨੇ ਸੁਣਿਆ ਇਤਿਹਾਸ ਵਿੱਚ ਵੀ ਚਾਰ ਬੰਦੇ ਭਜਵਾ ਕੇ ਪ੍ਰਿਥੀ ਦਾ ਟੱਬਰ ਵਢਵਾਇਆ ਹੋਵੇ ਉਹਨਾਂ ਨੇ? ਨਹੀਂ ਜੀ, ਉਹਨਾਂ ਦਾ ਇਹ ਮਸਲਾ ਹੀ ਨਹੀਂ ਸੀ ਉਹਨਾਂ ਦਾ। ਬਸ ਫਿਰ ਜਿਹੜਾ ਗੱਲਾਂ ਗਲਤ ਕੀ ਕਰ ਰਿਹਾ ਆ ਉਹਦੇ ਉੱਤੇ ਤੁਸੀਂ, ਤੁਹਾਡਾ ਇਹ ਕੰਮ ਨਹੀਂ ਹੈਗਾ, ਤੁਸੀਂ ਆਪਣਾ ਠੀਕ ਪੱਖ ਰੱਖੋ। ਜਿਹੜੀਆਂ ਗੁਰੂ ਸਾਹਿਬ ਦੀਆਂ ਲੜਾਈਆਂ ਹੋਈਆਂ ਆ ਉਹ ਇਹ ਹੋਈਆਂ ਵੀ ਉਹਨਾਂ ਦੇ ਠੀਕ ਕਰਦਿਆਂ ਤੇ ਜਿਹੜਾ ਗਲਤ ਆ ਝੂਠ ਆ ਉਹ ਆ ਕੇ ਟਕਰਾ ਰਿਹਾ ਉਹਨਾਂ ਦੇ ਨਾਲ। ਹਾਂਜੀ, ਤੁਸੀਂ ਆਪਣਾ ਪੋਜ਼ਿਟਿਵ ਪੱਖ ਰੱਖੀ ਜਾਓ, ਮੰਨਣਾ ਨਾ ਮੰਨਣਾ ਲੋਕਾਂ ਦੀ ਮਰਜ਼ੀ ਆ, ਤੁਸੀਂ ਥੋਪੋ ਨਾ ਕਿਸੇ ਤੇ। ਬਸ ਇਹੀ ਇਹੀ ਹੋਇਆ ਗੁਰੂ ਸਾਹਿਬ ਦੇ ਨਾਲ, ਉਹ ਤੋਂ ਵੱਧ ਨਹੀਂ।